ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡਾ ਬਜਟ ਇਜਲਾਸ ਜਿਹੜਾ ਸਾਲਾਨਾ 28 ਤਰੀਕ ਨੂੰ ਰੱਖਿਆ ਗਿਆ ਸੀ, ਲੇਕਿਨ ਜਿਸ ਤਰ੍ਹਾਂ ਦੇ ਅੱਜ ਸਾਰੀ ਦੁਨੀਆ ਦੇ ਵਿੱਚ ਹਾਲਾਤ ਬੜੇ ਹੋਣੇ ਕਰੋਨਾ ਵਾਇਰਸ ਕਰਕੇ, ਅੱਜ ਸਾਰੀ ਹੀ ਦੁਨੀਆ ਜਿਹੜੀ ਹੈ ਇਸ ਭਿਆਨਕ ਬਿਮਾਰੀ ਦੇ ਵਿੱਚ ਗ੍ਰਸਤ ਹੋਈ ਹੋਈ ਹੈ। ਸੋ ਇਸੇ ਮੁੱਖ ਰੱਖਦਿਆਂ ਸਾਰੇ ਭਾਰਤ ਨੂੰ ਲੋਕ ਜਿਹੜਾ ਕੀਤਾ ਗਿਆ ਹੈਗਾ, ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਦਫਾ 44 ਲਾ ਕੇ ਕਰਫਿਊ ਲਾਇਆ ਗਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕਿ ਸਾਡਾ ਜਨਰਲ ਇਜਲਾਸ ਹੋਣਾ ਸੰਭਵ ਨਹੀਂ ਸੀ, ਇਸ ਕਰਕੇ ਅੱਜ ਅਸੀਂ ਜਿਹੜੀ ਹੈ ਆਪਣੀ ਅੰਤਰਿੰਗ ਕਮੇਟੀ ਦੀ ਇੱਕ ਮੀਟਿੰਗ ਬੁਲਾ ਕੇ ਔਰ ਸਾਲਾਨਾ ਬਜਟ ਜਿਹੜਾ ਇਹਦੇ ਲਈ ਜਿਹੜਾ ਮਤਾ ਹੈਗਾ 3 ਮਹੀਨਿਆਂ ਦੇ ਖਰਚਿਆਂ ਦੀ ਆਮਦਨ ਦੇ ਲਈ ਉਹ ਸਾਡੇ ਜਨਰਲ ਸਕੱਤਰ ਧਾਮੀ ਸਾਹਿਬ ਨੇ ਰੱਖਿਆ ਹੈਗਾ, ਉਹ ਅੱਜ ਸਾਰਿਆਂ ਨੇ ਪਾਸ ਕੀਤਾ ਗਿਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਦੇ ਅੱਜ ਹਾਲਾਤ ਬਣੇ ਹੋਏ ਨੇ ਔਰ ਇਹਦੇ ਲਈ ਸਾਰੇ ਹੀ ਵਿਸ਼ਵ ਭਰ ਦੇ ਲੋਕ ਜਿਹੜੇ ਨੇ ਉਹ ਚਿੰਤਿਤ ਨੇ, ਖਾਸ ਤੌਰ 'ਤੇ ਭਾਰਤ ਅਤੇ ਜੋ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਇਸ ਦੇ ਲਈ ਔਰ ਜਿਸ ਤਰ੍ਹਾਂ ਤਿਆਦ ਰੱਖਣ ਲਈ ਲੋਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ, ਸਿਹਤ ਸੁਭਾਵਾਂ ਵੱਲੋਂ ਕੀਤੀਆਂ ਗਈਆਂ ਨੇ, ਇੱਕ ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਜਿਹੜੀ ਹੈ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਔਰ ਸਾਡੇ ਸਮਾਜ ਨੂੰ ਸੁਰੱਖਿਅਤ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਰਹਿ ਕੇ ਔਰ ਸਾਰੀ ਜੋ ਸਰਕਾਰਾਂ ਦੀਆਂ ਹਦਾਇਤਾਂ ਦੀ ਸਿਹਤ ਸੰਭਾਵ ਦੀਆਂ ਹਦਾਇਤਾਂ ਦੀ ਪਾਲਣਾ ਕਰ ਜੀ ਪ੍ਰਧਾਨ ਜੀ। ਇੱਕ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿ ਕਾਬਲ ਦੇ ਗੁਰਦੁਆਰੇ ਵਿੱਚ ਔਰ ਜਿਹੜੇ ਸਾਡੇ ਸਿੱਖ ਕਰੋਨਾ ਵਾਇਰਸ ਕਰਕੇ ਗੁਰੂ ਦੇ ਅੱਗੇ ਅਰਦਾਸ ਕਰਨ ਵਾਸਤੇ ਉੱਥੇ ਪਹੁੰਚੇ ਸਨ, ਉਹਨਾਂ 'ਤੇ ਅੱਤਵਾਦੀ ਹਮਲਾ ਹੋਇਆ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਸਿੱਖ ਭਰਾ ਔਰ ਲੋਕ ਉੱਥੇ ਮਾਰੇ ਗਏ ਨੇ, ਔਰ ਇਹ ਬੜੀ ਇਹ ਜਿਹੜੀ ਮੈਂ ਸਮਝਦਾ ਬਹੁਤ ਦੁੱਖ ਦੀ ਘੜੀ ਦੇ ਵਿੱਚ ਬਹੁਤ ਹਮਦਰਦੀ ਮੈਂ ਉਹਨਾਂ ਨਾਲ ਪ੍ਰਗਟ ਕਰਦਾ ਔਰ ਇਹਦੀ ਘੋਰ ਨਿੰਦਿਆ ਵੀ ਕੀਤੀ ਜਾਂਦੀ ਹੈ, ਕਿਉਂਕਿ ਸਿੱਖ ਜਿੱਥੇ ਵੀ ਰਹਿੰਦਾ ਕਿਸੇ ਵੀ ਸਟੇਟ ਦੇ ਵਿੱਚ ਹੈ, ਜਿੱਥੇ ਉਹ ਆਪਣੀ ਕਿਰਤ ਕਮਾਈ ਆਪਣੇ ਲਈ ਕਰਦਾ ਔਰ ਉਸ ਦੇਸ਼ ਦੀ ਜਿਹੜੀ ਡਿਵੈਲਪਮੈਂਟ ਦੇ ਵਿੱਚ ਦੀ ਬਹੁਤ ਵੱਡਾ ਜਿਹੜਾ ਯੋਗਦਾਨ ਸਿੱਖਾਂ ਦਾ ਹੁੰਦਾ, ਕਿਉਂਕਿ ਸਿੱਖ ਹਮੇਸ਼ਾ ਹੀ ਜੋ ਸਾਨੂੰ ਗੁਰੂਆਂ ਨੇ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਹੈ, ਹਮੇਸ਼ਾ ਹੀ ਸਿੱਖ ਜਿਹੜੇ ਨੇ ਭਲੇ ਦੇ ਚੱਲ ਕੇ ਲੋਕਾਂ ਦੀ ਸੇਵਾ ਕਰਦੇ ਨੇ। ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਉਹਨਾਂ ਪਰਿਵਾਰਾਂ ਨੂੰ ਵੀ ਬਹੁਤ ਵੱਡਾ ਦੁੱਖ ਪਹੁੰਚਿਆ ਹੈ ਅਤੇ ਉਹਦੇ ਲਈ ਮੈਂ ਹਮਦਰਦੀ ਪ੍ਰਗਟ ਕਰਦਾ ਔਰ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਉਹ ਅਫਗਾਨਿਸਤਾਨ ਸਰਕਾਰ ਨਾਲ ਗੱਲ ਕਰਕੇ ਔਰ ਉਹਨਾਂ ਜਿਹੜੇ ਸਿੱਖ ਮਾਰੇ ਗਏ ਨੇ ਔਰ ਜਿਹੜੇ ਵੀ ਉੱਥੇ ਰਹਿ ਰਹੇ ਨੇ ਹੁਣ ਔਰ ਜਿਹੜੇ ਬੜੇ ਡਰ ਦੇ ਵਿੱਚ ਨੇ ਭੈ ਵਿੱਚ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਦਾ ਜਿਹੜਾ ਹੈ ਉਹ ਯਤਨ ਕਰਨ। ਕਿਰਪਾ ਜੀ, ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਉੱਥੇ ਜ਼ਖਮੀ ਨੇ ਉਹਨਾਂ ਬਾਰੇ ਕੋਈ ਸਹਾਇਤਾ ਕੋਈ ਦੇਣ ਦੀ ਕੋਈ ਗੱਲ ਹੈਗੀ? ਬਿਲਕੁਲ ਜੀ, ਦੇਖੋ ਉੱਥੇ ਬਹੁਤ ਸਾਰੇ ਸਾਡੇ ਸਿੱਖ ਭਰਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਲਈ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਾਇਤਾ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਏਗੀ।